ਹੋਰ ਕਿਹੜੀਆਂ ਬਿਮਾਰੀਆਂ ਜਿਹੜਾ ਜਿਹੜੀਆਂ ਆਮ ਆ ਇੱਥੇ, ਡਿਜ਼ੀਜ਼ ਕਿਹੜੀਆਂ ਜਿਹੜੀਆਂ ਜ਼ਿਆਦਾ ਕਾਮਨ ਆ? ਕੈਨੇਡਾ ਦੀਆਂ ਕੁਛ ਪਰਟੀਕੁਲਰ ਡਿਜ਼ੀਜ਼ ਨੇ ਵੈਦਰ ਦੀ ਵਜ੍ਹਾ ਤੋਂ, ਵੈਦਰ ਦੇ ਹਿਸਾਬ ਨਾਲ, ਜਿਹਦੇ 'ਚ ਮੋਸਟਲੀ ਮੈਨੂੰ ਨਜ਼ਰ ਆਈ ਥਾਇਰਾਇਡ ਇਸ਼ੂਜ਼। ਬਹੁਤ ਸਾਰੇ ਲੋਕਾਂ ਨੂੰ ਇੱਥੇ ਹਾਈਪੋਥਾਇਰਾਇਡਿਜ਼ਮ ਹੁੰਦਾ। ਹਾਈਪੋਥਾਇਰਾਇਡਿਜ਼ਮ 'ਚ ਤੁਹਾਡਾ ਵੇਟ ਗੇਨ ਹੋਣਾ ਸ਼ੁਰੂ ਹੋ ਜਾਂਦਾ, ਹਾਈਪਰ ਥਾਇਰਾਇਡ 'ਚ ਤੁਹਾਡਾ ਵੇਟ ਲੂਜ਼ ਹੋਣਾ ਸ਼ੁਰੂ ਹੋ ਜਾਂਦਾ। ਹਾਈਪਰ ਥਾਇਰਾਇਡਿਜ਼ਮ ਬਹੁਤ ਥੋੜ੍ਹੇ ਲੋਕਾਂ ਨੂੰ ਮੈਂ ਇੱਥੇ ਦੇਖਿਆ, ਲੇਕਿਨ ਹਾਈਪੋਥਾਇਰਾਇਡ ਯਾਨੀ ਜਿਹ 'ਚ ਵੇਟ ਗੇਨ ਹੁੰਦਾ ਉਹ ਬਹੁਤ ਸਾਰੇ ਲੋਕਾਂ ਨੂੰ, ਇਹ ਬਹੁਤ ਕਾਮਨ ਹੈ। ਹਰ ਬੰਦੇ ਨੂੰ 3 ਮਹੀਨੇ ਬਾਅਦ ਆਪਣਾ TSH ਟੈਸਟ, ਥਾਇਰਾਇਡ ਦਾ ਜਿਹੜਾ ਕਾਮਨ ਟੈਸਟ ਹੈ, ਉਹ ਕਰਵਾਉਣਾ ਚਾਹੀਦਾ ਡੈਫੀਨੇਟਲੀ। ਔਰ ਉਹ ਜਦੋਂ ਤੁਹਾਡਾ ਉਹ ਟੈਸਟ ਪੜ੍ਹਨ ਦਾ ਵੀ ਇੱਕ ਖਾਸ ਤਰੀਕਾ ਹੈ, ਹਰ ਡਾਕਟਰ ਉਹਨੂੰ ਉਹ ਡਿਕਲੇਅਰ ਨਹੀਂ ਕਰਦਾ। ਇਹ 4C ਕਰਕੇ ਟੈਸਟ ਤੋਂ ਅਸੀਂ 4C ਕਰ ਲੈਂਦੇ 2-3 ਸਾਲ ਪਹਿਲੇ ਕਿ ਇਹਨੂੰ ਕਦੋਂ ਹੋਣਾ ਹੈ ਥਾਇਰਾਇਡ ਇਸ਼ੂਜ਼। ਇੱਕ ਤਾਂ ਇਹ ਬਿਮਾਰੀ, ਨੰਬਰ 2 ਜਿਹੜੀ ਕਾਮਨ ਡਿਜ਼ੀਜ਼ ਹੈ ਅਤੇ ਉਹ ਓਸਟੀਓਪਰੋਸਿਸ ਔਰ ਓਸਟੀਓਆਰਥਰਾਈਟਿਸ ਹੈ। ਆਸਾਨ ਲਫਜ਼ਾਂ 'ਚ ਹੱਡੀਆਂ ਦੀ ਡਿਜ਼ੀਜ਼ ਹੈ। ਬੋਨ ਮੈਰੋ ਤੁਹਾਡਾ ਵੀਕ ਹੋ ਜਾਂਦਾ, ਬੋਨ ਮਿਨਰਲਸ ਵੀਕ ਹੋ ਜਾਂਦੇ, ਪੋਟਾਸ਼ੀਅਮ, ਸੋਡੀਅਮ, ਸਿਲੀਕੋਨ, ਸੋ ਐਂਡ ਸੋ, ਇਹ ਸਕੂਈਜ਼ ਹੋ ਜਾਂਦੇ ਨੇ, ਵੀਕ ਹੋ ਜਾਂਦੇ ਨੇ। ਤੁਸੀਂ ਆਪਣੀ ਹੱਡੀਆਂ ਦਾ ਇੱਥੇ ਬਹੁਤ ਖਿਆਲ ਰੱਖਣਾ, ਵੈਦਰ ਐਸਾ ਹੈ, ਠੰਡ ਬਹੁਤ ਹੈ, ਅਤੇ ਹੱਡੀਆਂ ਦਾ ਕੋਈ ਨਾ ਕੋਈ ਓਸਟੀਓਬੈਲੈਂਸ ਫਾਰਮੂਲਾ ਤੁਸੀਂ ਖਾਂਦੇ ਰਹੋ, ਜਾਂ ਕੋਈ ਐਸੀਆਂ ਚੀਜ਼ਾਂ ਜਿਹੜੀਆਂ ਹੱਡੀਆਂ ਵਾਸਤੇ ਬਿਹਤਰ ਹੁੰਦੀਆਂ ਨੇ, ਬੋਨਸ ਵਾਸਤੇ ਬਿਹਤਰ ਹੁੰਦੀਆਂ, ਉਹ ਜ਼ਰੂਰ ਲੈਂਦੇ ਰਹੋ। ਅਦਰਵਾਈਜ਼ ਜਿਹੜਾ ਵੀ ਸ਼ਖਸ ਇੱਥੇ 10-20 ਸਾਲ ਰਹਿ ਰਿਹਾ, ਉਹਨੂੰ ਹੱਡੀਆਂ ਦਾ ਇਸ਼ੂ ਜ਼ਰੂਰ ਹੋਏਗਾ, ਉਹਨੂੰ ਪੇਨਸ ਹੁੰਦੀਆਂ ਨੇ ਬੋਡੀ 'ਚ, ਅਕਸਰ ਲੋਕਾਂ ਨੂੰ ਹੁੰਦੀਆਂ ਨੇ, ਔਰ ਥਕਾਵਟ ਫੀਲ ਕਰਦੇ ਜਲਦੀ ਕਿਉਂਕਿ ਹੱਡੀਆਂ ਵੀਕ ਹੋ ਜਾਂਦੀਆਂ, ਲਿਹਾਜ਼ਾ ਤੁਸੀਂ ਹੱਡੀਆਂ ਨੂੰ ਸਟਰੋਂਗ ਕਰਨ ਲਈ ਜ਼ਰੂਰ ਕੁਛ ਨਾ ਕੁਛ ਲੈਣਾ। 3rd ਇੱਥੇ ਜਿਹੜੀ ਕਾਮਨ ਡਿਜ਼ੀਜ਼ ਹੈ ਉਹ ਸਟਮਕ ਨਾਲ ਰਿਲੇਟਡ ਹੈ, ਇਨਡਾਈਜੈਸ਼ਨ ਦਾ ਇਸ਼ੂ ਕਾਫੀ ਜ਼ਿਆਦਾ ਹੈ, ਇਸੇ ਤਰ੍ਹਾਂ ਹੀ ਸੋਨ। ਔਰ ਬਹੁਤ ਸਾਰੇ ਲੋਕਾਂ ਨੂੰ ਜਿਵੇਂ ਕਹਿ ਲਓ ਕਿ ਐਲਰਜੀਜ਼ ਬਹੁਤ ਹੁੰਦੀਆਂ ਆ, ਸਾਈਨਸ ਦੀ ਪ੍ਰੋਬਲਮ ਰਹਿੰਦੀ ਆ, ਇਹ ਵੀ ਕਾਮਨ ਡਿਜ਼ੀਜ਼ ਬਹੁਤ ਜ਼ਿਆਦਾ ਹੈਗੀਆਂ ਆ। ਔਰ ਵੈਦਰ ਚੇਂਜ ਹੋਣ ਦੇ ਨਾਲ ਕਈ ਲੋਕਾਂ ਨੂੰ ਫਲੂ ਜਾਂ ਇਹੋ ਜਿਹੀਆਂ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਆ, ਸੋ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ? ਕਿਉਂਕਿ ਹੁਣ ਤਾਂ COVID-19 ਦਾ ਬੜਾ ਪ੍ਰਕੋਪ ਚੱਲ ਰਿਹਾ ਹੈਗਾ, ਲੋਕ ਡਰੇ ਆ, ਘਰਾਂ ਦੇ ਵਿੱਚ ਬੈਠੇ ਆ, ਉਹ ਆਮ ਫਲੂ ਨੂੰ ਵੀ ਸਮਝਦੇ ਆ, ਡਰਦੇ ਆ ਕਿ ਕਿਤੇ ਮੈਨੂੰ COVID-19 ਤਾਂ ਨਹੀਂ ਗਾ, ਪਰ ਹੈਲਦੀ ਰਹਿਣ ਦੇ ਲਈ, ਆਪਣਾ ਖਿਆਲ ਰੱਖਣ ਦੇ ਲਈ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਇਸ ਸਿਚੁਏਸ਼ਨ ਦੇ ਵਿੱਚ? ਨੰਬਰ 1 ਤਾਂ ਉਹੀ ਗੱਲ ਕਿ ਤੁਸੀਂ ਨੈਚੁਰਲ ਰਹੋ, ਜਿੰਨਾ ਜ਼ਿਆਦਾ ਰਹਿ ਸਕਦੇ ਹੋ ਨੈਚੁਰਲ ਫੂਡ ਖਾਓ, ਥੋੜ੍ਹੀ ਜਿਹੀ ਵਾਕ ਕਰੋ, ਐਕਸਰਸਾਈਜ਼ ਜ਼ਿਆਦਾ ਨਹੀਂ ਕਰ ਸਕਦੇ ਤਾਂ ਵਾਕ ਜ਼ਰੂਰ ਕਰੋ, ਸ਼ਾਮ 6 ਵਜੇ ਤੋਂ ਬਾਅਦ ਕੋਸ਼ਿਸ਼ ਕਰੋ ਕਾਰਬੋਹਾਈਡਰੇਟਸ ਨਾ ਲਓ, ਕੋਈ ਵੀ ਫੂਡ ਨਾ ਖਾਓ, ਲਿਕੁਇਡਸ 'ਤੇ ਰਹੋ, ਜਿਹੜੀ ਵੀ ਫੂਡ ਸ਼ਾਮ ਦਾ ਖਾਣਾ 6:30-7 ਤੋਂ ਪਹਿਲੇ ਤੁਸੀਂ ਖਾ ਲਓ, ਸੌਣ ਤੋਂ 2-3 ਘੰਟੇ ਪਹਿਲੇ ਐਟਲੀਸਟ, ਨੈਚੁਰਲ ਰਹੋ। ਅਤੇ ਜਿੱਥੋਂ ਤੱਕ ਇਹ ਐਲਰਜੀ ਔਰ ਪੋਲਨ ਐਲਰਜੀ ਦੀ ਗੱਲ ਹੈ, ਇੱਥੇ ਉਹ ਵੀ ਖਾਸੀ ਕਾਮਨ ਹੈ, ਉਹ ਮੈਂ ਭੁੱਲ ਗਿਆ ਸੀ ਦੱਸਣਾ, ਉਹ ਖਾਸੀ ਕਾਮਨ ਡਿਜ਼ੀਜ਼ ਹੈ ਇੱਥੋਂ ਦੀ, ਲੇਕਿਨ ਦੈਟਸ ਵੈਰੀ ਈਜ਼ੀ ਇਨ ਆਲਟਰਨੇਟਿਵ ਮੈਡੀਸਨ। ਮੇਰੇ ਕੋਲ ਬਹੁਤ ਸਾਰੇ ਪੇਸ਼ੈਂਟਸ ਨੇ ਇਹਦੇ ਜਿਨ੍ਹਾਂ ਨੂੰ ਪਿਛਲੇ ਸਾਲ ਦਵਾਈ ਦਿੱਤੀ ਸੀ, ਇਸ ਸਾਲ ਉਹਨਾਂ ਨੂੰ ਪੋਲਨ ਐਲਰਜੀ ਨਹੀਂ ਹੋਈ ਸੀਜ਼ਨ 'ਚ, ਔਰ ਉਹ ਸਿਰਫ ਮੇਰਾ ਥੈਂਕ ਯੂ ਕਹਿਣ ਲਈ ਮੇਰੇ ਕਲੀਨਿਕ ਆਏ ਕਿ ਡਾਕਟਰ ਸਾਹਿਬ ਇਸ ਵਾਰੀ ਸਾਨੂੰ ਐਲਰਜੀ ਨਹੀਂ ਹੋਈ। ਤੇ ਇੱਕ ਅਸੀਂ ਜਦੋਂ ਗੱਲ ਕਰਦੇ ਹਾਂ, ਲੋਕੀ ਫਲੂ ਦਾ ਇੰਜੈਕਸ਼ਨ ਲੈ ਲੈਂਦੇ ਆ, ਫਲੂ ਸ਼ਾਟ ਲੈ ਲੈਂਦੇ, ਉਹਦੀ ਕੋਈ ਜ਼ਰੂਰਤ ਨਹੀਂ, ਬੜੀ ਆਸਾਨ ਦਵਾਈ ਹੈ, ਹੋਮਿਓਪੈਥਿਕ ਜਿਹਦਾ ਬੜਾ ਬਹੁਤ ਹੀ ਅੱਛਾ ਸੋਲੂਸ਼ਨ ਹੈ, ਔਰ ਉਹਦੇ ਕੋਈ ਸਾਈਡ ਇਫੈਕਟ ਨਹੀਂ, ਥੋੜ੍ਹਾ ਅਰਸਾ ਤੁਸੀਂ ਉਹ ਦਵਾਈ ਖਾਣੀ ਔਰ ਤੁਹਾਨੂੰ ਪਤਾ ਵੀ ਨਹੀਂ ਲੱਗਦਾ, ਔਰ ਟੇਸਟ ਵੀ ਨਹੀਂ ਆਉਂਦਾ, 5-10 ਕਤਰੇ ਪਾਣੀ 'ਚ ਪਾ ਕੇ ਪੀਣੇ ਨੇ ਤੁਸੀਂ, ਤੁਹਾਨੂੰ ਇਹ ਫੋਰ ਐਵਰ ਤੁਹਾਡੇ ਜਿਸਮ 'ਚੋਂ ਹੀ ਐਲਰਜੀ ਨਿਕਲ ਜਾਂਦੀ, ਫਲੂ ਸ਼ਾਟ ਦੇ ਸਾਈਡ ਇਫੈਕਟਸ ਨੇ, ਨਾ ਲਵੋ। ਅਤੇ ਜਦੋਂ ਅਸੀਂ COVID-19 ਦੀ ਗੱਲ ਕਰਦੇ ਹਾਂ, ਅਤੇ ਅੱਜ ਕੱਲ੍ਹ ਤੁਹਾਨੂੰ ਵੀ ਪਤਾ ਕਿ ਸਾਡੇ ਇਹਨਾਂ ਸ਼ਹਿਰਾਂ ਦੇ ਵਿੱਚ ਵੀ ਬਹੁਤ ਸਾਰੀਆਂ ਪਾਬੰਦੀਆਂ ਲਾਈਆਂ ਆ, ਬਹੁਤ ਕੁਛ ਕਿਹਾ ਗਿਆ ਆ ਕਿ ਤੁਸੀਂ ਖਿਆਲ ਰੱਖੋ, ਬਾਹਰ ਨਾ ਨਿਕਲੋ, ਗਲਵਜ਼, ਮਾਸਕ, ਸੋ ਬਹੁਤ ਸਾਰੀਆਂ ਦੱਸੀਆਂ ਹੈਗੀਆਂ, ਪਰ ਕਈ ਲੋਕ ਇਹਨਾਂ ਗੱਲਾਂ ਨੂੰ ਬਹੁਤ ਸੀਰੀਅਸ ਵੀ ਲੈ ਲਿਆ ਉਹਨਾਂ ਨੇ, ਅਤੇ ਉਹ ਬਹੁਤ ਸਾਰੀਆਂ ਘਰੋਂ ਹੋਮ ਰੈਮਡੀਜ਼ ਖਾਣ ਲੱਗ ਪਏ ਆ, ਜਿਵੇਂ ਅਦਰਕ ਲਾ ਲਓ ਜਾਂ ਲਸਣ ਲਾ ਲਓ ਜਾਂ ਇਹੋ ਜਿਹੀਆਂ ਚੀਜ਼ਾਂ ਨਾ, ਤੇ ਤੁਸੀਂ ਕੀ ਕਹੋਗੇ ਕਿ ਕਿਹੋ ਜਿਹਾ ਖਾਣਾ ਉਹਨਾਂ ਨੂੰ ਖਾਣਾ ਚਾਹੀਦਾ? ਇਹ ਸਾਰੀਆਂ ਚੀਜ਼ਾਂ ਹੋਊਗੀ, ਇਹ ਸਾਰੀਆਂ ਚੀਜ਼ਾਂ ਤੇ ਜੈਨੂਅਲੀ ਉਹਨਾਂ ਨੂੰ ਡੇਲੀ ਖਾਣੀਆਂ ਚਾਹੀਦੀਆਂ ਨੇ, ਪੂਰੀ ਜ਼ਿੰਦਗੀ 'ਚ ਅਦਰਕ, ਕਲਵੰਜੀ, ਅਜਵਾਇਨ, ਹਲਦੀ, ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਰੋਜ਼ ਖਾਣੀਆਂ ਚਾਹੀਦੀਆਂ, ਇਹ COVID-19 ਦੀ ਵਜ੍ਹਾ ਤੋਂ ਨਹੀਂ ਇਕੱਲੇ ਖਾਣੀਆਂ ਚਾਹੀਦੀਆਂ। COVID-19 ਇੱਕ ਆਫਕੋਰਸ ਇੱਕ ਵਾਇਰਲ ਡਿਜ਼ੀਜ਼ ਹੈ, ਮੇਰੇ ਕੁਛ ਪੇਸ਼ੈਂਟਸ ਹੈ ਨੇ ਜਿਹਨਾਂ ਨੂੰ COVID-19 ਹੋਇਆ, ਔਰ ਉਹਨਾਂ ਨੂੰ ਅਸੀਂ ਹੋਮਿਓਪੈਥਿਕ ਦਵਾਈ ਨਾਲ ਟ੍ਰੀਟ ਕੀਤਾ, ਦੇ ਵਰ ਫਾਈਨ ਜਸਟ ਆਫਟਰ 24 ਆਵਰਸ, ਜਸਟ 24 ਆਵਰਸ। ਮੈਂ ਕੋਈ ਪਬਲਿਸਿਟੀ ਲਈ ਇਹ ਗੱਲ ਨਹੀਂ ਕਰਨਾ ਚਾਹ ਰਿਹਾ, ਲੇਕਿਨ COVID-19 ਤੋਂ ਡਰਨਾ ਨਹੀਂ, ਉਹਦੇ ਤੋਂ ਕੇਅਰਫੁਲ ਹੋਣਾ, ਦੈਟਸ ਇਟ। ਇੰਨਾ ਨਹੀਂ ਡਰਨਾ ਕਿ ਤੁਸੀਂ ਵਹਿਮ ਦੀ ਹੱਦ ਤੱਕ ਘਰ 'ਚ ਕਲੋਜ਼ ਕਰ ਲਓ, ਇੰਨਾ ਜ਼ਿਆਦਾ ਕਲੋਜ਼ ਕਰ ਲਓ ਕਿ ਤੁਸੀਂ ਲਿਮਿਟਸ ਹੀ ਕਰੋਸ ਕਰ ਜਾਓ।
ਠੀਕ ਹੈ, ਬੀ ਕੇਅਰਫੁਲ, ਆਈਸੋਲੇਟ ਰਹੋ ਥੋੜ੍ਹਾ ਜਿਹਾ ਜਿੰਨੇ ਦਿਨ ਤੱਕ ਹੈ ਵੀ, ਔਰ ਮੇਰਾ ਖਿਆਲ ਹੈ ਕਿ ਹੁਣ ਖਾਸਾ ਘੱਟ ਹੋ ਗਿਆ, ਉਹਦੇ ਲਈ ਜਿਹੜੀ ਸਭ ਤੋਂ ਬੜੀ ਅਹਿਤਿਆਤ ਹੈ ਕਿ ਆਪਣੇ ਜਿਸਮ ਨੂੰ ਗਰਮ ਰੱਖੋ, ਲਾਈਕ ਤੁਸੀਂ ਕੋਈ ਵੀ ਗ੍ਰੀਨ ਟੀ ਪੀਓ ਦਿਨ 'ਚ ਇੱਕ ਦਫ਼ਾ, ਫਿਰ ਜਿਸ ਤਰ੍ਹਾਂ ਮੈਂ ਓਲਿਵ ਆਇਲ ਦੱਸਿਆ ਉਹ ਵੀ ਗਰਮ ਰੱਖਣ ਵਾਸਤੇ ਕਾਫੀ ਇਫੈਕਟਿਵ ਹੈ, ਫਿਰ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੀਆਂ ਹੋਮ ਰੈਮਡੀਜ਼ ਨੇ, ਪਿਆਜ਼, ਓਨੀਅਨ, ਵਾਈਟ ਓਨੀਅਨ ਦਾ ਇਸਤੇਮਾਲ ਜ਼ਿਆਦਾ ਕਰੋ, ਇਹ ਵੀ ਕੋਵਿਡ 19 'ਚ ਤੁਹਾਨੂੰ ਹੈਲਪਫੁਲ ਰੱਖਦਾ। ਤੁਸੀਂ ਬਾਡੀ ਨੂੰ ਗਰਮ ਰੱਖਣਾ ਔਰ ਇਮਿਊਨਿਟੀ ਨੂੰ ਸਟਰੋਂਗ ਰੱਖਣਾ, ਜਿੰਨੀਆਂ ਵੀ ਚੀਜ਼ਾਂ ਤੁਹਾਡੀ ਇਮਿਊਨਿਟੀ ਨੂੰ ਸਟਰੋਂਗ ਕਰਨਗੀਆਂ ਉਹ ਤੁਹਾਨੂੰ ਹਰ ਡਿਜ਼ੀਜ਼ ਤੋਂ ਬਚਾਉਣਗੀਆਂ, ਨਾ ਸਿਰਫ ਕਿ ਕੋਵਿਡ 19 ਤੋਂ। ਜੀ, ਅਤੇ ਬਹੁਤ ਸਾਰੇ ਲੋਕ ਬਹੁਤ ਸਾਰੇ ਵਿਟਾਮਿਨਸ ਖਾਂਦੇ ਆ, ਮਲਟੀ ਹੋ ਗਏ ਜਾਂ ਹੋਰ ਹੋ ਗਿਆ, ਹੋਰ ਬਹੁਤ ਕੁਛ ਇਹੋ ਜਿਹੀਆਂ ਚੀਜ਼ਾਂ ਟਰਾਈ ਕਰਦੇ ਆ, ਸੋ ਉਹ ਕਿਵੇਂ ਰੈਗੂਲਰ ਉਹਨਾਂ ਨੂੰ ਖਾਣੇ ਚਾਹੀਦੇ? ਨਹੀਂ, ਮਲਟੀ ਵਾਈਟਾਮਿਨਸ ਤੁਹਾਨੂੰ ਸਿਰਫ ਔਰਗੈਨਿਕ ਲੈਣੇ ਚਾਹੀਦੇ ਆ, ਸਿੰਥੈਟਿਕ ਮਲਟੀ ਵਾਈਟਾਮਿਨਸ ਸਾਨੂੰ ਬਹੁਤ ਸ਼ੌਕ ਹੈ ਖਾਣ ਦਾ, ਅਸੀਂ ਜਾਂਦੇ ਹਾਂ, ਢੇਰ ਲਗਾਇਆ ਹੁੰਦਾ। ਮੈਂ ਇੱਕ ਘਰ ਗਿਆ ਉਹਨਾਂ ਦੇ ਘਰ 'ਚ, 15-16 ਡੱਬੀਆਂ ਦੇਖੀਆਂ ਮੈਂ ਵਾਈਟਾਮਿਨਸ ਦੀਆਂ, ਮੈਂ ਕਿਹਾ ਇਹ ਕੀ ਰੱਖਿਆ ਹੈ, ਉਹ ਕੋਈ ਵਾਲਮਾਰਟ ਤੋਂ ਖਰੀਦਿਆ, ਕੋਈ ਉੱਥੋਂ ਖਰੀਦਿਆ, ਕੋਈ ਉੱਥੋਂ ਖਰੀਦਿਆ, ਮੈਂ ਕਿਹਾ ਇਹ ਕੀ ਕਰ ਰਹੇ ਹੋ? ਉਹ ਜੀ, ਅਸੀਂ ਇਹ ਵਾਈਟਾਮਿਨਸ ਖਾਂਦੇ ਹਾਂ, ਕਮੀ ਹੋ ਜਾਂਦੀ ਵਾਈਟਾਮਿਨਸ ਦੀ। ਮੈਂ ਕਿਹਾ ਇੱਕ ਐਵੋਕੈਡੋ ਖਾ ਲਿਆ ਕਰੋ, ਚੁੱਕੋ ਇਹਨਾਂ ਨੂੰ ਸੁੱਟੋ ਬਾਹਰ, ਇੱਕ ਐਵੋਕੈਡੋ 'ਚ ਇੰਨੇ ਵਾਈਟਾਮਿਨਸ ਨੇ, ਇੱਕ ਡਰੈਗਨ ਫਰੂਟ, ਕੁਆਟਰ ਡਰੈਗਨ ਫਰੂਟ ਅਗਰ ਤੁਸੀਂ ਰੋਜ਼ ਖਾ ਲਓ ਔਰ ਇੱਕ ਐਵੋਕੈਡੋ ਰੋਜ਼ ਖਾ ਲਓ, ਵਾਈਟਾਮਿਨ ਦੀ ਜ਼ਰੂਰਤ ਨਹੀਂ। ਸੋ ਸਿਹਤ ਲਈ ਬਹੁਤ ਜ਼ਰੂਰੀ ਹੈ ਉਹ ਖਾਣਾ, ਵੈਸੇ ਵੀ ਹੈਲਦੀ ਹੈ, ਹੈਲਦੀ ਜੀ। ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਅਲਟਰਨੇਟਿਵ ਮੈਡੀਸਨ ਦੀ ਗੱਲ ਕਰਦੇ ਹਾਂ, ਅਤੇ ਕਈ ਲੋਕ ਪੁੱਛ ਪੜਤਾਲ ਕਰਦੇ ਆ, ਜਦੋਂ ਤੁਹਾਡੇ ਕੋਲ ਪੇਸ਼ੈਂਟਸ ਆਉਂਦੇ ਆ ਆਪਣੀ ਕੋਈ ਬਿਮਾਰੀ ਲੈ ਕੇ ਆਉਂਦੇ ਆ, ਕਿੰਨਾ ਕੁ ਤੁਹਾਨੂੰ ਉਹਨਾਂ ਨੂੰ ਇਸ ਮੈਡੀਸਨ ਦੇ ਬਾਰੇ ਅੰਡਰਸਟੈਂਡ ਕਰਾਉਣਾ ਪੈਂਦਾ, ਕਿੰਨਾ ਕੁ ਸਮਝਾਉਣਾ ਪੈਂਦਾ? ਕਿਉਂਕਿ ਲੋਕ ਇਹਦੇ ਤੱਕ ਜਿਹੜੇ ਤਾਂ ਲੱਗ ਚੁੱਕੇ ਆ ਇਹਦੇ 'ਤੇ, ਜਿਹਨਾਂ ਨੂੰ ਇਹਦਾ ਫਾਇਦਾ ਹੋ ਚੁੱਕਾ ਆ, ਜਿਹੜੇ ਸਮਝਦੇ ਆ ਇਹਨੂੰ ਕਿ ਇਹਦਾ ਕੋਈ ਸਾਈਡ ਇਫੈਕਟ ਨਹੀਂ, ਪਰ ਸਲੋਲੀ ਇਹ ਤੁਹਾਨੂੰ ਇਹਦਾ ਪ੍ਰੋਸੈਸ ਥੋੜ੍ਹਾ ਸਲੋ ਆ, ਪਰ ਇਹਦਾ ਜਿਹੜਾ 100% ਰਿਜ਼ਲਟ ਦਿੰਦੀ ਹੈ ਉਹ ਆਪਣੀ, ਪਰ ਲੋਕਾਂ ਨੂੰ ਕਿਵੇਂ ਤੁਸੀਂ ਇਹਦੇ ਬਾਰੇ ਸਮਝਾਉਂਦੇ ਹੋ, ਕਿੰਨਾ ਕੁ ਔਖਾ ਲੋਕਾਂ ਨੂੰ ਇਸ ਪਾਸੇ ਲੈ ਕੇ ਆਉਣਾ? ਕਿਉਂਕਿ ਲੋਕ ਡਾਕਟਰਾਂ ਦੇ ਜਾ ਕੇ ਹੋਰ ਜਿਹੜੀਆਂ ਅੰਗਰੇਜ਼ੀ ਦਵਾਈਆਂ ਖਾ ਖਾ ਕੇ ਥੱਕ ਚੁੱਕੇ। ਇਹਦਾ ਪਹਿਲੇ ਤਾਂ ਮੈਂ ਇੱਕ ਮਿਥ ਕਲੀਅਰ ਕਰਦੇ ਹਾਂ ਕਿ ਅਲਟਰਨੇਟਿਵ ਮੈਡੀਸਨ ਸਲੋ ਹੈ। ਅਲਟਰਨੇਟਿਵ ਮੈਡੀਸਨ ਸਲੋ ਨਹੀਂ ਹੈ। ਸਮਟਾਈਮਸ ਅਸੀਂ ਇੱਕ ਡੋਜ਼ ਦਿੰਦੇ ਹਾਂ ਔਰ ਉਸੇ ਟਾਈਮ ਉਹਦੀ ਪੇਨਸ ਰੁਕ ਜਾਂਦੀਆਂ ਨੇ, ਵਿਦਇਨ 5 ਸੈਕਿੰਡਸ, ਬਲਕਿ ਇਸ ਤੋਂ ਵੀ ਪਹਿਲੇ ਸ਼ਾਇਦ। ਅਲਟਰਨੇਟਿਵ ਮੈਡੀਸਨ ਸਲੋ ਨਹੀਂ, ਡਾਕਟਰ ਸਲੋ ਹੁੰਦਾ, ਉਹ ਜਿਹੋ ਜਿਹੀ ਚਾਹੇ ਉਹ ਪੋਟੈਂਸੀ ਦੇ ਸਕਦਾ ਹੈ। ਉਹ ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਨੇ, ਉਹ ਤੁਹਾਡੀ ਮਰਜ਼ੀ ਹੈ ਇਹਨੂੰ ਸਲੋ ਟ੍ਰੀਟ ਕਰਨਾ। ਕੁਛ ਡਿਜ਼ੀਜ਼ ਐਸੀਆਂ ਜਿਨ੍ਹਾਂ ਨੂੰ ਸਲੋ ਟ੍ਰੀਟ ਕਰਨਾ ਹੁੰਦਾ, ਕੁਛ ਡਿਜ਼ੀਜ਼ ਐਸੀਆਂ ਜਿਨ੍ਹਾਂ ਨੂੰ ਫੌਰੀ ਡੋਜ਼ ਦਿਓ ਔਰ ਫੌਰੀ ਰਿਲੀਫ, ਜਿਸ ਤਰ੍ਹਾਂ ਹਾਈ ਬਲੱਡ ਪ੍ਰੈਸ਼ਰ ਹੈ ਉਹਨੂੰ ਤੁਸੀਂ ਫੌਰੀ ਟ੍ਰੀਟ ਕਰਨਾ, ਉਹਨੂੰ ਸਲੋ ਨਹੀਂ ਟ੍ਰੀਟ ਕਰ ਸਕਦੇ। ਬੁਖਾਰ ਹੈ ਉਹਨੂੰ ਤੁਸੀਂ ਫੌਰੀ ਟ੍ਰੀਟ ਕਰਨਾ, 15 ਮਿੰਟ 'ਚ ਬੁਖਾਰ ਉਤਾਰਨਾ। ਇਸੇ ਤਰ੍ਹਾਂ ਹੀ ਜਿਹੜਾ ਲੋਕਾਂ ਦਾ ਕੋਨਸੈਪਟ ਹੈ ਅਲਟਰਨੇਟਿਵ ਮੈਡੀਸਨ ਬਾਰੇ, ਉਹ ਹਾਲੇ ਡਿਵੈਲਪ ਨਹੀਂ ਹੋਇਆ। ਲੱਕੀਲੀ ਥੋੜ੍ਹੇ ਦਿਨ ਪਹਿਲੇ, ਕੋਈ 2-3 ਮਹੀਨੇ ਪਹਿਲੇ ਮੈਂ ਇਲੈਕਸ਼ਨ ਕੰਟੈਸਟ ਕੀਤਾ ਐਸੋਸੀਏਸ਼ਨ ਦਾ, ਹੋਮਿਓਪੈਥਿਕ ਡਾਕਟਰਸ ਐਸੋਸੀਏਸ਼ਨ ਦਾ, ਐਂਡ ਨਾਓ ਆਈ ਐਮ ਪ੍ਰੈਜ਼ੀਡੈਂਟ ਆਫ ਹੋਮਿਓਪੈਥਿਕ ਐਸੋਸੀਏਸ਼ਨ ਕੈਨੇਡਾ ਔਰ ਨੌਰਥ ਅਮੈਰੀਕਾ ਦਾ। ਅਤੇ ਮੈਂ ਉੱਥੇ ਵੀ ਇਹੀ ਸੈਮੀਨਾਰ 'ਚ ਗੱਲ ਕੀਤੀ ਸੀ, ਮੈਂ ਕਿਹਾ ਲੋਕਾਂ ਨੂੰ ਅਵੇਅਰਨੈਸ ਦੇਣਾ ਸਾਡਾ ਕੰਮ ਹੈ। ਜਦੋਂ ਉਹਨਾਂ ਨੂੰ ਡਿਫਰੈਂਸ ਪਤਾ ਲੱਗਦਾ ਨਾ ਕਿ ਅਲਟਰਨੇਟਿਵ ਮੈਡੀਸਨ ਤੋਂ ਮੈਂ ਟ੍ਰੀਟਮੈਂਟ ਲਈ ਬਗੈਰ ਸਾਈਡ ਇਫੈਕਟ ਤੋਂ ਮੇਰੀ ਡਿਜ਼ੀਜ਼ ਫੋਰ ਐਵਰ ਖਤਮ ਹੋਈ, ਅਤੇ ਉਹ ਦੂਸਰੀ ਵਾਰੀ ਓਬਵੀਅਸਲੀ ਉਹ ਦੂਸਰੀ ਮੈਡੀਸਨ, ਟ੍ਰੈਡੀਸ਼ਨਲ ਮੈਡੀਸਨ ਨਹੀਂ ਯੂਜ਼ ਕਰਦਾ, ਉਹ ਅਲਟਰਨੇਟਿਵ 'ਤੇ ਹੀ ਰਹੇਗਾ। ਲੇਕਿਨ ਇਸ ਪਾਸੇ ਲਿਆਉਣ ਲਈ ਸਾਨੂੰ ਖਾਸੀ ਮਿਹਨਤ ਕਰਨੀ ਪੈਂਦੀ ਹੈ ਲੋਕਾਂ ਨੂੰ ਸਮਝਾਉਣ ਲਈ ਕਿ ਇਹਦੇ 'ਚ ਤੁਹਾਡਾ ਬੈਨੀਫਿਟ ਹੈ, ਉਹਦੇ 'ਚ ਤੁਹਾਡਾ ਬੈਨੀਫਿਟ ਨਹੀਂ ਹੈ, ਉਹਦੇ ਤੁਸੀਂ ਕੀ ਕਰ ਲਓਗੇ, ਕਿੰਨੀ ਕੁ ਦਫ਼ਾ ਤੁਸੀਂ ਇੱਕ ਚੀਜ਼ ਹੀ ਲੈ ਲਓਗੇ, ਫਿਰ ਅਗਲੀ ਦਫ਼ਾ ਅਗਲੇ ਐਂਟੀਬਾਇਓਟਿਕ ਦੀ ਜਨਰੇਸ਼ਨ 'ਤੇ ਜਾਣਾ ਪੈਂਦਾ, ਫਿਰ ਅਗਲੀ ਦਫ਼ਾ ਅਗਲੀ 'ਤੇ, ਅਗਲੀ ਦਫ਼ਾ ਅਗਲੀ 'ਤੇ, ਫਿਰ ਆਖਰੀ ਤੋਂ ਬਾਅਦ ਕਿੱਥੇ ਜਾਓਗੇ? ਕਿੱਥੇ ਲੈਕ ਆਫ ਇਨਫੋਰਮੇਸ਼ਨ ਦੀ ਕਿੱਥੇ ਕਮੀ ਹੈ? ਕਿਉਂ ਲੋਕਾਂ ਨੂੰ ਇੱਧਰਲੇ ਪਾਸੇ ਆਉਣ ਨੂੰ ਇੰਨਾ ਸਾਨੂੰ ਫੋਰਸ ਕਰਨਾ ਪੈਂਦਾ, ਕਿਉਂ ਸਾਨੂੰ ਉਹਨਾਂ ਨੂੰ ਇਸ ਪਾਸੇ ਲਿਆਉਣ ਨੂੰ ਟਾਈਮ ਲੱਗ ਰਿਹਾ? ਸਭ ਤੋਂ ਪਹਿਲੀ ਤਾਂ ਓਬਵੀਅਸਲੀ ਅਲਟਰਨੇਟਿਵ ਮੈਡੀਸਨ ਦੇ ਲੋਕਾਂ ਕੋਲ ਪੈਸੇ ਨਹੀਂ ਹੈਗੇ, ਉਹ ਮੀਡੀਆ ਨੂੰ ਇੰਨਾ ਕੈਪਚਰ ਨਹੀਂ ਕਰ ਰਹੇ, ਉਹ ਇੰਨੀ ਇਨਫੋਰਮੇਸ਼ਨ ਸਪਰੈਡ ਆਊਟ ਨਹੀਂ ਕਰ ਰਹੇ, ਰਿਸਰਚ ਓਨੀ ਨਹੀਂ ਹੈ ਜਿੰਨੀ ਉੱਧਰ ਹੈ। ਹਾਲਾਂਕਿ ਇਹਦੇ 'ਚ ਬਹੁਤ ਸਾਰੀ ਜਿੰਨੀ ਰਿਸਰਚ ਹੋਈ ਹੋਈ ਹੈ ਉਹਨੂੰ ਹੀ ਅਗਰ ਇਹ ਪਬਲਿਸ਼ ਕਰ ਦੇਣ, ਤਾਂ ਮੇਰਾ ਖਿਆਲ ਹੈ ਕਿ ਕੋਈ ਬੰਦਾ ਟ੍ਰੈਡੀਸ਼ਨਲ ਮੈਡੀਸਨ ਖਾਏ ਹੀ ਨਾ, ਇਹ ਅਲਟਰਨੇਟਿਵ ਮੈਡੀਸਨ ਨੂੰ ਛੱਡ ਕੇ ਕੋਈ ਉੱਧਰ ਜਾਏ ਨਾ। ਲੇਕਿਨ ਰਿਸੋਰਸਿਸ ਨਹੀਂ ਹੈਗੇ ਅਲਟਰਨੇਟਿਵ ਮੈਡੀਸਨ ਦੇ ਲੋਕਾਂ ਕੋਲ, ਅਸੀਂ ਅਵੇਅਰ ਨਹੀਂ ਕਰ ਸਕਦੇ ਲੋਕਾਂ। ਲੇਕਿਨ ਮੈਂ ਇਹ ਸ਼ੁਰੂ ਕੀਤਾ ਪ੍ਰੋਸੈਸ, ਤੁਸੀਂ ਸਾਰੇ ਆਓ ਮੇਰੇ ਨਾਲ ਹੱਥ ਵੰਡਾਓ, ਜਿੰਨੀ ਦੇਰ ਮੈਂ ਪ੍ਰੈਜ਼ੀਡੈਂਟ ਇਸ ਐਸੋਸੀਏਸ਼ਨ ਦਾ, ਮੈਂ ਕੋਸ਼ਿਸ਼ ਕਰਾਂਗਾ ਕਿ ਮੈਕਸੀਮਮ ਲੋਕਾਂ ਨੂੰ ਇਹਦੀ ਇਨਫੋਰਮੇਸ਼ਨ ਪਹੁੰਚੇ। ਜੀ, ਬਹੁਤ ਵਧੀਆ ਤੁਸੀਂ ਸਾਡੇ ਨਾਲ ਇਨਫੋਰਮੇਸ਼ਨ ਸਾਂਝੀ ਕੀਤੀ। ਕੀ ਮੈਸੇਜ ਸਾਡੇ ਪਰਿਵਾਰਾਂ ਨੂੰ ਦੇਣਾ ਚਾਹੁੰਦੇ ਹੋ ਤੁਸੀਂ ਆਪਣੇ ਵੱਲੋਂ? ਇੱਕ ਹੀ ਮੈਸੇਜ ਹੈ ਕਿ ਪਿਆਰ ਕਰੋ ਔਰ ਪਿਆਰ ਦਾ ਪ੍ਰਚਾਰ ਕਰੋ, ਆਸਾਨੀਆਂ ਪੈਦਾ ਕਰੋ ਲੋਕਾਂ ਲਈ, ਆਸਾਨੀਆਂ ਹੀ ਤਕਸੀਮ ਕਰੋ, ਕਿਸੇ ਲਈ ਮੁਸ਼ਕਲ ਹਾਲਾਤ ਪੈਦਾ ਹੋ ਜਾਣ ਅਤੇ ਉਹਦੇ 'ਚ ਤੁਸੀਂ ਉਹਨੂੰ ਆਸਾਨੀਆਂ ਐਡ ਕਰੋ, ਅਤੇ ਰੱਬ ਤੁਹਾਡੇ ਲਈ ਆਸਾਨੀਆਂ ਐਡ ਕਰੇ।
ਥੈਂਕ ਯੂ ਵੈਰੀ ਮੱਚ, ਤੁਸੀਂ ਆਪਣਾ ਇੰਨਾ ਕੀਮਤੀ ਸਮਾਂ ਸਾਨੂੰ ਦਿੱਤਾ ਔਰ ਬੜੀਆਂ ਤੁਸੀਂ ਕੰਮ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਅਤੇ ਮੈਂ ਜ਼ਰੂਰ ਚਾਹਾਂਗੀ ਕਿ ਕਿਸੇ ਦਿਨ ਅਸੀਂ ਇਸ ਗੱਲਬਾਤ ਨੂੰ ਥੋੜ੍ਹੀ ਹੋਰ ਲੰਬੀ ਕਰਕੇ ਅਤੇ ਲੋਕਾਂ ਤੱਕ ਲੈ ਕੇ ਆਈਏ। ਸੋ ਥੈਂਕ ਯੂ ਜੀ ਤੁਹਾਡਾ, ਸਤਿ ਸ਼੍ਰੀ ਅਕਾਲ ਜੀ।